ਕਹਿੰਦਾ ਮੈਨੂੰ ਹੁਣ ਸਮਝ ਆਈ ਤੂੰ ਕਿਉਂ ਇੰਨਾ ਸ਼ਰਾਰਤੀ ਜਾਂ ਕਿਉਂ ਤੂੰ ਕਲਾਕਾਰ। ਮੈਂ ਕਿਉਂ? ਕਹਿੰਦਾ ਤੇਰਾ ਪੜਦਾਦਾ ਤੇਰੇ ਤੋਂ ਵੱਡਾ ਕਲਾਕਾਰ ਸੀ, ਕਹਿੰਦਾ ਉਹ ਪਟਵਾਰੀ ਸੀ, ਕਹਿੰਦਾ ਪਰ ਉਹਦੇ ਨਾਲ ਪਟਵਾਰੀ ਵਾਲਾ ਕੰਮ ਲੋਕਾਂ ਨੂੰ ਘੱਟ ਪੈਂਦਾ ਸੀ ਜਦੋਂ ਕਹਿੰਦਾ ਸਾਡੀ ਹਵੇਲੀ 'ਚ ਉਹਦਾ ਦਫ਼ਤਰ ਲੱਗਦਾ ਹੁੰਦਾ ਸੀ। ਕਹਿੰਦਾ ਪਿੰਡ ਕੰਮ ਛੱਡ ਕੇ ਆ ਜਾਂਦਾ ਹੁੰਦਾ, ਫਰਦਾਂ ਦੋ ਨੇ ਲੈਣੀਆਂ, 200 ਬੰਦਾ ਉਹਦੀਆਂ ਗੱਲਾਂ ਸੁਣਨ ਆ ਜਾਂਦਾ। ਹੈਲੋ 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 ਜੀ, ਵੈਲਕਮ ਬੈਕ ਟੂ ਚੈਨਲ ਜਿਹਦਾ ਨਾਮ ਹੈ ਪੰਜਾਬ ਡਿਜੀਟਲ ਟੀਵੀ, ਅਤੇ ਮੈਂ ਤੁਹਾਡੇ ਦੋਸਤ ਨਵਨੀਤ ਸਿੰਘ। ਵੀਡੀਓ ਦੇਖਾਂਗੇ ਅੱਜ ਆਪਾਂ ਸੁਜਾਦ ਜਾਨੀ ਭਾਅ ਜੀ ਹੋਰਾਂ ਦੀ, ਨਾਲ ਉਹਨਾਂ ਦੇ ਘੁੱਗੀ ਭਾਅ ਜੀ, ਉਹਨਾਂ ਦਾ ਇੰਟਰਵਿਊ ਆ, ਉਹ ਅੱਜ ਆਪਾਂ ਦੇਖਣਾ। ਮੈਂ ਪਰਸਨਲੀ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ, ਜਦੋਂ ਇਹਨਾਂ ਨੇ ਇੱਕ ਛੋਟਾ ਜਿਹਾ ਟੀਜ਼ਰ ਪਾਇਆ ਸੀਗਾ ਆਪਣੇ ਚੈਨਲ 'ਤੇ ਕਿ ਗੁਰਪ੍ਰੀਤ ਭਾਅ ਜੀ ਨਾਲ ਇਹਨਾਂ ਦੀ ਇੰਟਰਵਿਊ ਹੋਣੀ ਹੈ, ਕਿਉਂਕਿ ਦੋਨੋਂ ਮੇਰੇ ਮਤਲਬ ਫੈਨ ਹੈ। ਵਾਹਿਗੁਰੂ ਮਤਲਬ ਦੋਨਾਂ ਦਾ ਮੈਂ ਫੈਨ ਹੈ, ਠੀਕ ਹੈ, ਗਲਤ ਬੋਲ ਗਿਆ ਪਹਿਲਾਂ ਮੈਂ, ਮਤਲਬ ਮੈਂ ਡਾਈ ਹਾਰਡ ਫੈਨ ਹਾਂ ਦੋਨਾਂ ਦਾ, ਦੋਨਾਂ ਦੇ ਕੰਮ ਦਾ। ਸੋ ਆ ਜਾਓ ਦੇਖਦੇ ਹਾਂ ਅੱਜ ਦੀ ਵੀਡੀਓ। ਮਿਊਜ਼ਿਕ ਹੀ ਬੜਾ ਘੈਂਟ ਲੱਗ ਰਿਹਾ ਅੱਜ ਤਾਂ ਇਹਨਾਂ ਦਾ, ਅੱਗੇ ਪਿੱਛੇ ਮੈਂ ਇੰਟਰੋ ਬੁਲਾਉਂਦਾ ਦੇਖਾਂ। ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਸਾਹਮਣੇ ਬੰਦਾ ਬਿਠਾ ਕੇ ਸਾਰੇ ਉਹਨੂੰ ਜਾਣਦੇ ਫੇਰ ਕਹੀ ਜਾਣਾ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ, ਲੈ ਉਹ ਤਾਂ ਪਹਿਲੇ ਦੇਖ ਲੈਂਦੇ ਅਗਲੇ। ਉਹ ਤਾਂ ਕਹਿਣਾ ਹੁੰਦਾ ਵੀ ਆਪਣੇ ਲਈ ਬੁਲਾਇਆ ਕਿ ਮੁਲਾਕਾਤ ਕਰਾਉਣੀ ਸਾਡੀ ਵੀ, ਇਹ ਕਨਫਰਮ ਕਰਨਾ ਹੁੰਦਾ। ਉਹ ਭਾਅ ਜੀ ਬੜੀਆਂ ਗੱਲਾਂ ਆਪਾਂ ਨਾ ਲਾਈ ਲੱਗ ਟੈਪ ਲੱਗੇ ਹਾਂ, ਐਂਕਰ ਜਿਹੜੇ ਨੇ ਸਾਹਮਣੇ ਬਿਠਾ ਕੇ ਗੱਲਾਂ ਕਰਕੇ। ਨਹੀਂ ਨਹੀਂ ਇਹ ਤਾਂ ਫਿਰ ਕੁਛ ਨਹੀਂ, ਤੁਸੀਂ ਵੀ ਜਦੋਂ ਕੋਈ ਬਾਈਟ ਬਣਾਉਂਦੇ ਨੇ ਮੈਂ ਤੁਹਾਡਾ ਆਪਣਾ ਸਜਾਦ ਜਾਨੀ ਵਾਰ ਵਾਰ ਯਾਦ ਕਰਾਉਣਾ ਨਹੀਂ, ਕਹੀ ਦਾ ਨਾ ਹਰ ਵਾਰੀ ਜੇ ਦੱਸਣਾ ਹੀ ਪੈਣਾ ਵੀ ਮੈਂ ਕੌਣ ਆ ਤੇ ਫਿਰ ਮੇਰੀ ਗੱਲ ਦਾ ਵੀ ਕੀ। ਮੈਂ ਉਹੀ ਹਨਾ ਪਿਛਲੇ ਵਾਲਾ, ਪਿਛਲੇ ਸ਼ੋਅ ਆ ਉਹੀ। ਲਓ ਜੀ ਸਾਡੇ ਨਾਲ ਭਾਜੀ ਗੁਰਪ੍ਰੀਤ ਘੁੱਗੀ ਭਾਜੀ, ਹੁਣ ਆ ਵੀ ਦੇਖੋ ਗਲਤੀ ਸਾਡੇ ਨਾਲ, ਕਿਹਦੇ ਨਾਲ? ਤੁਸੀਂ ਇਕੱਲੇ ਬੈਠੇ ਭਾਜੀ, ਯਾਦ ਕਰੋ ਮੇਰੇ ਨਾਲ ਅੱਜ ਦੋ ਲੀਜੈਂਡ ਇਕੱਠੇ ਹੋ ਗਏ ਬਈ। ਨਹੀਂ ਮੈਂ ਨਹੀਂ ਮੰਨਦਾ, ਨਾਲ ਉਹ ਨਾ ਜਿਹੜਾ ਸਾਹਮਣੇ ਆਵੇ ਕੈਮਰੇ ਦੇ, ਲੋਕੀ ਉਹਨੂੰ ਮੰਨਦੇ ਆ ਵੀ ਆਹ ਬੰਦੇ ਭਾਜੀ ਮੇਰੇ ਇਕੱਲੇ ਨਾਲ। ਭਾਜੀ ਗੁਰਪ੍ਰੀਤ ਭਾਜੀ ਘੁੱਗੀ ਮੈਂ ਇਸੋ ਨਹੀਂ ਕਹਿਣਾ, ਪਹਿਲੇ ਮੈਂ ਪੁੱਛਣਾ ਵੀ ਘੁੱਗੀ ਚੱਕਰ ਕੀ ਹੈ, ਚੱਕਰ ਕੀ ਰੌਲਾ ਘੁੱਗੀ? ਹਾਂ ਇਹ ਬੜੀ ਇੰਪੋਰਟੈਂਟ ਗੱਲ ਹੈ ਭਾਜੀ, ਅਸਲ ਕੋਈ ਰੌਲਾ ਨਹੀਂ ਹੁੰਦਾ ਘੁੱਗੀ ਰੌਲੇ ਤੋਂ ਬਿਨਾਂ। ਨਹੀਂ ਇਹਨਾਂ ਨੂੰ ਕਿਉਂ ਕਹਿੰਦੇ ਘੁੱਗੀ? ਮੈਂ ਦੱਸਦਾ ਭਾਜੀ ਕਿ ਸਾਡਾ ਅਸਲ 'ਚ ਭਾਜੀ ਅਸੀਂ ਹੈਗੇ ਹਾਂ ਸਿਆਲਕੋਟ ਦੇ, ਅਸੀਂ ਵੜੈਚ ਆ। ਹਾਂ ਵੜੈਚ ਭਾਜੀ, ਸਿਆਲਕੋਟ ਇੱਧਰ ਇੱਧਰ ਹੀ ਹੋਰ ਕਿੰਨੇ ਸਿਆਲਕੋਟ ਹੋਰ ਸਿਆਟਲ ਲੱਗੇ ਤੇ ਪੈਂਦਾ ਹੀ ਕੋਈ ਨੋ ਨੋ ਅਸੀਂ ਹੈਗੇ ਹੁਣ ਸਾਡਾ ਜ਼ਿਲ੍ਹਾ ਸਿਆਲਕੋਟ ਤੋਂ ਬਦਲ ਕੇ ਨਾਰੋਵਾਲ ਹੋ ਗਿਆ ਭਾਜੀ। ਅੱਛਾ ਮੈਂ ਵੀ ਕਹਾਂ ਮੈਨੂੰ ਉਦੋਂ ਦੀ ਨਾ ਇਹਨਾਂ ਦੇ ਕੋਲੋਂ ਖੇਡਾਂ ਦੇ ਸਮਾਨ ਦੀ ਕਿਉਂ ਸਮੈਲ ਆ ਰਹੀ ਹੈ, ਬੱਲੇ ਹਾਕੀ ਕਦੀ ਫੁੱਟਬਾਲ, ਤੇ ਉਹ ਫਿਰ ਭਾਜੀ ਜੇ ਚਿੜੀ ਛਿੱਕਾ ਖੇਡਦੇ ਖੇਡਦੇ ਜਦੋਂ 47 'ਚ ਇੱਧਰੋਂ ਛਿੱਕਾ ਵੱਜਿਆ ਤੇ ਚਿੜੀ ਸਾਡੀ ਇੱਧਰ ਆ ਕੇ ਡਿੱਗੀ ਇੰਡੀਆ ਵਾਲੇ ਪਾਸੇ, ਹਨਾ ਖੇਡਾਂ ਦਾ ਸਮਾਨ ਇੱਧਰ ਆ ਗਿਆ। ਕਹਿਣ ਦਾ ਮਤਲਬ ਇਹ ਵੀ ਅਸੀਂ ਹੈਗੇ ਨਾਰੋਵਾਲ ਦੇ ਹਾਂ, ਵੜੈਚ ਹਾਂ ਭਾਜੀ, ਪਿੰਡ ਸਾਡਾ ਤੇ ਵੱਡਾ ਕੁੱਲਾ, ਕੁੱਲਾ ਮੰਡਿਆਲਾ, ਨਾਰੰਗ ਮੰਡੀ, ਹਾਂ ਨਾਰੰਗ ਮੰਡੀ ਰਈਆ ਬਦੋ ਮੱਲੀ ਦੇ ਲਾਗੇ। ਹਾਂਜੀ ਤੇ ਫਿਰ ਜਦੋਂ ਇੱਧਰ ਆ ਗਏ ਸਾਂ ਤੇ ਇਹ ਖੈਰ ਗੱਲਾਂ ਬਾਅਦ 'ਚ ਕਰਾਂਗੇ ਆਪਾਂ, ਤੇ ਘੁੱਗੀ, ਹਾਂ ਮੈਂ ਉਹੀ ਦੱਸਣ ਲੱਗਾ ਵੜੈਚ ਤੋਂ ਫਿਰ ਇਹ ਟਰਾਂਸਫੋਰਮੇਸ਼ਨ ਕਿਵੇਂ ਹੋਈ। ਇੱਥੇ ਇੱਕ ਸਾਡਾ ਬੜਾ ਪਾਪੂਲਰ ਸ਼ੋਅ ਸੀ, ਜਿੱਦਾਂ ਤੁਹਾਡੇ ਟੈਲੀਵਿਜ਼ਨ ਦੇ ਕਈ ਬੜੇ ਸ਼ੋਅ ਪਾਪੂਲਰ ਹੋਏ ਤੁਹਾਡੇ ਉੱਧਰ, ਪੁਰਾਣਾ ਸ਼ੋਅ ਪਾਕਿਸਤਾਨ ਦੇ ਵੀ ਨਾ, ਇੱਦਾਂ ਸਾਡਾ ਇੱਕ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸ਼ੋਅ ਚੜ੍ਹਦੇ ਪੰਜਾਬ ਦੇ ਰੌਣਕ ਮੇਲਾ, ਚਾਚਾ ਰੌਣਕੀ ਰਾਮ ਦਾ। ਅੱਛਾ ਚਾਚਾ ਰੌਣਕੀ ਰਾਮ ਮੇਰੇ ਉਸਤਾਦ ਆ, ਮੇਰੇ ਗੁਰੂ ਆ, ਠੀਕ ਹੈ। ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦਾ ਆਪਣਾ ਨਾਮ ਹੀ ਅਸਲ 'ਚ ਬਲਵਿੰਦਰ ਵਿੱਕੀ ਹੈ, ਪਰ ਸ਼ੋਅ 'ਚੋਂ ਚਾਚਾ ਰੌਣਕੀ ਰਾਮ ਸੀ, ਜਿਹੜਾ ਉਹਨਾਂ ਦਾ ਭਤੀਜਾ ਪਹਿਲਾਂ ਹੁੰਦਾ ਸੀ ਪੁੱਤਰ ਭੋਲੂ, ਉਹਦਾ ਨਾਮ ਸੀ ਆਦਰਸ਼ ਗੌਤਮ ਉਹਨਾਂ ਦਾ। ਅੱਛਾ ਤੇ ਇੱਦਾਂ ਹੀ ਇੱਕ ਹੋਰ ਆਇਆ ਉਹਦਾ ਨਾਂ ਟਿਮਰੀ। ਫਿਰ ਜਦੋਂ ਮੇਰੀ ਐਂਟਰੀ ਹੈ ਤੇ ਮੈਂ ਨਿਆਣਾ ਜਾਂਦਾ ਇਹਦੇ ਨਾਲ ਛੋਟਾ ਸਮਾਂ, ਜਦੋਂ ਮੈਂ ਟੀਵੀ 'ਤੇ ਆਉਣ ਲੱਗ ਪਿਆ ਤੇ ਫਿਰ ਕਹਿੰਦੇ ਤੇਰਾ ਨਾਂ ਗੁਰਪ੍ਰੀਤ ਠੀਕ ਨਹੀਂ ਯਾਰ, ਕਹਿੰਦੇ ਨਿੱਕਾ ਜਿਹਾ ਤੂੰ ਲੱਗਣਾ, ਤੇ ਮੈਨੂੰ ਤਾਂ ਕਹਿੰਦੇ ਤੂੰ ਘੁੱਗੀ ਜੀ ਲੱਗਣੀ, ਨਿੱਕੀ ਜੀ। ਅੱਛਾ ਘੁੱਗੀ ਲੱਗ, ਉਹਨਾਂ ਨੇ ਫਿਰ ਮੇਰਾ ਨਾਂ ਆਪਣੇ ਭਤੀਜੇ ਦਾ ਸ਼ੋਅ 'ਚ, ਮੈਂ ਉਹਨਾਂ ਦਾ ਭਤੀਜਾ ਹੁੰਦਾ ਸੀ ਉਹਦੇ 'ਚ ਨਾਂ ਰੱਖਿਆ ਘੁੱਗੀ। ਉਹ ਮੈਨੂੰ ਵੀ ਨਹੀਂ ਪਤਾ ਲੱਗਾ ਵੀ ਇਹ ਨਾਂ ਕਿੱਦਾਂ ਪਾਪੂਲਰ ਹੋ ਗਿਆ, ਜਦੋਂ ਮੇਲਿਆਂ ਮੂਲਿਆਂ ਦੇ ਪੋਸਟਰ ਲੱਗਣੇ ਨਾ ਉੱਥੇ ਲਿਖਿਆ ਹੋਣਾ ਵੀ ਅੱਜ 19 ਤਰੀਕ ਨੂੰ ਮੇਲਾ ਤੇ ਫਲਾਣੀ ਥਾਂ ਤੇ ਚਾਚਾ ਰੌਣਕੀ ਰਾਮ ਤੇ ਉਹਦਾ ਭਤੀਜਾ ਗੁਰਪ੍ਰੀਤ ਘੁੱਗੀ ਵੀ ਆ ਰਹੇ ਨੇ। ਉਹ ਫਿਰ ਐਸਾ ਪਾਪੂਲਰ ਹੋਇਆ ਵੀ ਉਹ ਫਿਰ ਆਈਡੈਂਟੀ ਬਣ ਗਿਆ ਜੀ। ਸਹੀ ਹੈ। ਔਰ ਤੁਹਾਨੂੰ ਪਤਾ ਭਾਜੀ ਇਹ ਸ਼ਾਂਤੀ ਦਾ ਚਿੰਨ ਹੈ ਸਾਡੇ ਇੱਧਰ ਨਾ, ਪੀਸ ਸਿੰਬਲ ਆਫ ਪੀਸ ਹੈ। ਦੇਖਿਆ ਨਾ ਭਾਈ ਪੰਛੀ ਜਿਹਾ ਉੱਡਦਾ ਜਿਹੜਾ ਦੋ ਪੱਤੀਆਂ ਚੁੰਝ 'ਚ ਫੜੀ, ਤੇ ਇਹ ਵੈਸੇ ਵੀ ਭਾਜੀ ਸਾਡੇ ਪਿੰਡਾਂ 'ਚ ਮਾਵਾਂ ਵੀ ਲਾੜ ਨਾਲ ਨਾਰਾ ਦੀ ਪਿਆਰ ਨਾਲ ਆਪਣੇ ਬੱਚੇ। ਲਓ ਜੀ ਹੁਣ ਫੇਰ ਮੈਂ ਕਹਾਂ ਸਾਡੇ ਸਾਡੇ ਨਾਲ ਨਹੀਂ ਤੁਸੀਂ ਚਲੋ ਦੱਸਣਾ ਤੇ ਆਣਾ ਭਾਜੀ ਨੂੰ ਪੁੱਛਣਾ। ਅੱਛਾ ਨਾਲ ਹੀ ਹੁੰਦੇ ਨੇ ਉਹ ਮੇਰੀ ਆ ਇਹ ਸਾਰੇ ਨਾਲ, ਇਹ ਵੀ ਉਹਨਾਂ ਚੋਂ ਹੀ ਆ ਭਾਜੀ, ਐਡਾ ਤੁਸੀਂ ਉਧਰ ਵੇਖ ਰਹੇ ਨਾ ਉਹਨਾਂ 'ਚ ਇੱਕ ਸਹਿਬ ਹੀ ਹੈ। ਅੱਛਾ ਹਾਂ ਇਹ ਸਾਹਿਬਜ਼ਾਦੇ ਨੇ ਭਾਜੀ ਉਹਨਾਂ ਦੇ, ਹਾਂਜੀ, ਤੇ ਬਸ ਇਹ ਮੇਰੇ ਲਈ ਜੰਮੇ ਇਹਨਾਂ ਨੇ, ਇਹ ਇਹਨਾਂ ਨੇ ਮੇਰੇ ਲਈ ਜੰਮਿਆ ਗੱਲ ਹੈ ਤੋਂ ਵੱਡਾ ਹੋ ਗਿਆ। ਅਸਲ 'ਚ ਵੈਸੇ 'ਚ ਮਾਂ ਪਿਓ ਦੱਸਦੇ ਹੁੰਦੇ ਵੀ ਬੱਚਿਓ ਵੇਖੋ ਚੀਜ਼ ਵੇਖਣ ਵਾਲੀ ਵੇਖੋ ਤੁਸੀਂ, ਇਹ
ਮੇਰਾ ਬੱਚਾ ਮੈਨੂੰ ਫੜ ਫੜ ਕੇ ਵਿਖਾਉਂਦਾ ਹੁੰਦਾ ਵੀ ਇਹਨਾਂ ਦਾ ਸਜਾਦ ਭਾਜੀ ਨੇ ਦੇਖੋ ਕਿੰਨੀ ਵਧੀਆ ਗੱਲ ਕੀਤੀ ਉਹਨਾਂ ਦੀ ਟੀਮ ਨੇ, ਆ ਦੇਖੋ ਕਿੱਡਾ ਸੋਹਣਾ ਸ਼ੋ ਕੀਤਾ ਫੈਸਲ ਫਰੀਦ ਸਾਰੇ ਹੀ। ਤੇ ਦੂਸਰੀ ਗੱਲ ਇਹ ਹੈ ਕਿ ਇਹ ਹਾਂ ਇਹਨੇ ਨਾ ਇਹ ਮੈਂ ਭਾਜੀ ਅੱਛਾ ਹੁਣ ਮੈਂ ਦੁਬਈ ਦਾ ਕੋਈ ਸੀਨ ਨਹੀਂ, ਮੈਂ ਤਾਂ 5-6 ਦਿਨ ਪਹਿਲੇ ਹਲੇ ਵਾਪਸ ਗਿਆ ਅਤੇ ਹੁਣ ਉਹ ਮੈਂ ਇੱਕ ਇੱਕ ਆਡੀਓ 'ਚ ਨਾ ਇੱਕ ਬਹੁਤ ਸਾਰੇ ਫੈਨਸ ਹੁੰਦੇ ਨੇ ਸਾਰੀ ਦਿਹਾੜੀ ਬੰਦਾ ਕਰਦਾ, ਕੁਛ ਆਡੀਓ 'ਚ ਨਾ ਆਵਾਜ਼ ਸੁਣ ਕੇ ਅਤੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਯਾਰ ਇਹ ਬਿਲਕੁਲ ਵਿਚਾਰਾ ਨਾ ਮਤਲਬ ਜਿਸ ਤਰ੍ਹਾਂ ਬਹੁਤ ਹੀ ਪਿਆਰ ਕਰਦਾ, ਨਹੀਂ ਤਾਂ ਲੋਕ ਹੁੰਦੇ ਨੇ ਜੀ ਆਪਕੇ ਬਹੁਤ ਫੈਨ ਹੈ ਜੀ, ਬਹੁਤ ਸ਼ੁਕਰੀਆ ਜੀ, ਓਕੇ ਜੀ, ਨਹੀਂ ਇੱਕ ਹੁੰਦੇ ਨੇ ਕਿ ਗੱਲ ਵੀ ਨਹੀਂ ਹੋ ਰਹੀ ਸਹੀ ਤਰੀਕੇ ਦੇ ਨਾਲ ਅਤੇ ਉਹ ਫਿਰ ਪਤਾ ਲੱਗ ਜਾਂਦਾ ਉਹਨਾਂ ਨਾਲ, ਫਿਰ ਇੱਕ ਖਾਸ ਤੁਹਾਡੀ ਮੁਹੱਬਤ ਹੋ ਜਾਂਦੀ। ਉਹਨੇ ਮੈਨੂੰ ਕਿਹਾ ਜੀ ਮੈਂ ਦੁਬਈ ਆ ਰਿਹਾ ਅਤੇ ਭਾਜੀ ਹੁਣ ਉਹਦੇ ਵੀ ਦਿਲ 'ਚ ਸੀ ਕਿ ਜੇ ਆ ਜਾਣ ਤਾਂ ਉਸ ਤੋਂ ਪਹਿਲੇ ਮੈਂ ਕਹਿਤਾ, ਮੈਂ ਕਿਹਾ ਬੇਟਾ ਮੈਂ ਵੀ ਆ ਰਿਹਾ ਅਤੇ ਕਹਿੰਦਾ ਹਾਂਜੀ, ਮੈਂ ਕਿਹਾ ਹਾਂਜੀ, ਮੈਂ ਕਿਹਾ ਵੀ ਤੁਸੀਂ ਆ ਸਕਦੇ, ਕਹਿੰਦੇ ਮੈਂ ਉੱਥੇ ਹੋਊਂਗਾ ਤੁਸੀਂ ਆ ਜਾਓ ਕੋਈ ਨਹੀਂ ਮੈਂ ਆਉਂਦਾ। ਹਾਂ ਅਤੇ ਅੱਜ ਸਵੇਰ ਦੇ ਦੀਆਂ ਗੱਲਾਂ, ਅੱਜ ਸਵੇਰ ਦੇ ਇੱਥੇ ਹੀ ਸੀ ਅਤੇ ਮੈਂ ਕਿਤੇ ਹੋਰ ਸੀ। ਅੱਛਾ ਭਾਜੀ ਇਹ ਦੱਸੋ ਕਿ ਮੇਰਾ ਬਹੁਤ ਦਿਲ ਕਰਦਾ ਇੰਡੀਆ ਸੜਕਾਂ 'ਤੇ ਫਿਰਨ, ਮੇਰੇ ਭਾਜੀ ਨਾਨਕੇ ਜਿਹੜੇ ਆ ਉਹ ਅੰਮ੍ਰਿਤਸਰ ਦੇ, ਦਾਦਕੇ ਫਤਿਹਗੜ੍ਹ ਚੂੜੀਆਂ ਦੇ, ਤਾਂ ਉਹ ਭਾਜੀ ਬਹੁਤ ਦਿਲ ਕਰਦਾ ਮੈਨੂੰ ਕੋਈ ਮਤਲਬ ਅਮਰੀਕਾ ਜਾਣ ਨੂੰ, ਆਸਟ੍ਰੇਲੀਆ ਜਾਣ ਨੂੰ, ਕੈਨੇਡਾ ਜਾਣ ਨੂੰ ਮੈਨੂੰ ਇੰਨੀ ਖੁਸ਼ੀ ਨਹੀਂ ਹੁੰਦੀ, ਦੁਬਈ ਦੀ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨਾ ਮੇਰਾ ਇਹ ਦਿਲ ਕਰਦਾ ਵੀ ਮੈਂ ਉੱਥੇ ਫਿਰ ਮੈਂ ਫਿਰਾਂ ਇੱਦਾਂ ਬਈ ਮੇਰੇ ਨਾਲ ਕੋਈ ਨਾ ਹੋਵੇ, ਇਹ ਨਾ ਹੋਵੇ ਕਿ ਆਓ ਜੀ ਸੱਜਾਦ ਭਾਈ ਆਪਕੋ ਦਿਖਾਤੇ, ਨਹੀਂ ਮੈਂ ਇੰਜ ਫਿਰਾਂ ਜਿਵੇਂ ਮੈਂ ਗਵਾਚ ਜਾਵਾਂ, ਮੈਂ ਗਵਾਚਦਾ ਗਵਾਚਦਾ ਅੱਗੇ ਅੱਗੇ ਫਿਰੀ ਜਾਵਾਂ, ਲੋਕ ਜਿਹੜੇ ਨਾ ਪਛਾਣਨ ਉਹ ਬਹੁਤਾ ਮੈਨੂੰ ਚੰਗੇ ਲੱਗਦੇ ਵੀ ਉਹਨਾਂ ਘੁੱਲ ਮਿਲ ਕੇ, ਅਤੇ ਉਹ ਭਾਜੀ ਮੇਰਾ ਬੜਾ ਦਿਲ ਕਰਦਾ ਅਤੇ ਉਹ ਕਦੀ ਵੀ ਭਾਜੀ ਮੈਂ ਇਨਸ਼ਾਅੱਲਾ ਆਉਣਾ ਮੈਂ ਜ਼ਰੂਰ ਆ ਭਾਜੀ, ਨਹੀਂ ਨਹੀਂ ਮੋਸਟ ਵੈਲਕਮ, ਉੱਥੇ ਦੀਆਂ ਗਲੀਆਂ ਮਹੱਲਾਂ 'ਚ ਮੈਂ ਜ਼ਰੂਰ ਫਿਰਨਾ, ਪਰ ਤੁਹਾਨੂੰ ਗੁਆਚਿਆ ਨਹੀਂ ਦੇਣਾ ਗੱਲ 'ਤੇ, ਲੱਭ ਲੈਣਾ ਸੀ ਤੁਹਾਨੂੰ ਉੱਥੇ ਪਰ ਤੁਹਾਨੂੰ ਫਰਾਵਾਂਗੇ ਗਲੀਆਂ, ਪਰ ਤੁਹਾਨੂੰ ਅੱਗੇ ਕਿਹਾ ਸੀ ਮੈਂ ਅੰਮ੍ਰਿਤਸਰ ਫੜਾਉਂਗਾ ਤੁਹਾਨੂੰ। ਭਾਜੀ ਸਾਡੇ ਮਹੱਲੇ ਇੱਕ ਬੱਚਾ ਸੀ ਅਤੇ ਉਹ ਗੁਆਚ ਜਾਂਦਾ ਸੀ, ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਗੁਆਚਣ ਤੋਂ ਗੱਲ ਯਾਦ ਆ ਗਈ ਅਤੇ ਗੁਆਚਦਾ ਇੱਦਾਂ ਸੀ ਵੀ ਉਹਨੂੰ ਆਪ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਮੈਂ ਗੁਆਚ ਗਿਆ ਵਾਂ ਅਤੇ ਹੁਣ ਉਹਦੇ ਘਰੋਂ ਇੱਕ ਦਿਨ ਫੋਨ ਆਇਆ ਚੌਥੇ ਪੰਜਵੇਂ ਦਿਨ ਨਹੀਂ ਲੱਭ ਰਿਹਾ ਅਤੇ ਫੋਨ ਕਿਸੇ ਨੇ ਕਰਾਇਆ, ਉਹਨੇ ਕਿਹਾ ਜੀ ਮੇਰੇ ਘਰ ਫੋਨ ਕਰ ਦਿਓ, ਮੈਂ ਅਤੇ ਮੈਂ ਉਹਨਾਂ ਨੂੰ ਦੱਸਣਾ ਵਾਂ ਕਿ ਮੈਂ ਗੁਆਚਾ ਵਾਂ ਅਤੇ ਹਾਲੇ ਮੈਂ 5-6 ਦਿਨ ਗੁਆਚਾ ਰਹਿਣਾ ਵਾਂ। ਵੀਡੀਓ ਮੈਂ ਦੇਖੀ ਹੈ ਨਾ, ਵੀਡੀਓ ਦੇਖਦੇ ਦੇਖਦੇ ਮੈਂ ਕਿਤੇ ਹੋਰ ਪਹੁੰਚ ਗਿਆ, ਭਾਜੀ ਨੇ ਕਹਿਣਾ ਕਿ ਅਸੀਂ ਆਉਣਾ ਅਤੇ ਮੈਂ ਕਿਹਾ ਭਾਜੀ ਨੇ ਜਦੋਂ ਆਉਣਾ ਹੈ ਨਾ ਅਤੇ ਮੈਂ ਇਹਨਾਂ ਦੇ ਮਗਰ ਪੈ ਜਾਣਾ ਕਿ ਮੈਂ ਮਿਲਣਾ, ਦੱਸੋ ਕਿੱਥੇ ਹੋ, ਅਤੇ ਮੈਂ ਕਿਹਾ ਜਿਵੇਂ ਹੁਣ ਕਹਿ ਕੇ ਹਟੇ ਨਾ ਕਿ ਮੈਨੂੰ ਉਹ ਜ਼ਿਆਦਾ ਵਧੀਆ ਲੱਗਣੇ ਆ ਕਿ ਜਿਹੜੇ ਮੈਨੂੰ ਨਾ ਪਛਾਣਨ, ਕਿਉਂਕਿ ਜ਼ਿਆਦਾ ਘੁੱਲ ਮਿਲ ਜਾਣਗੇ, ਜ਼ਿਆਦਾ ਇੰਜੋਏ ਕਰ ਪਾਉਣਗੇ, ਪਰ ਮੈਂ ਕਿਹਾ ਨਹੀਂ ਜੇ ਮੈਂ ਇੱਥੇ ਪਹੁੰਚਿਆ ਹੋਇਆ ਸੀ ਇੱਧਰਲੀ ਸਾਈਡ ਆਇਆ, ਮੈਂ ਉੱਥੇ ਗੱਡੀ 'ਚ ਆ ਕੇ ਪਹੁੰਚ ਜਾਣਾ ਜਿੱਥੇ ਵੀ ਇਹ ਆਏ ਹੋਏ, ਅਤੇ ਉਹ ਨਾ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਹਾਂ, ਕਹਿੰਦਾ ਟੈਨਸ਼ਨ ਨਹੀਂ ਲੈਣੀ ਮੈਂ ਗੁਆਚਾ ਵਾਂ ਅਤੇ ਮੈਂ ਨਾ 3-4 ਦਿਨਾਂ ਬਾਅਦ ਘਰ ਲੱਭ ਕੇ ਤਾਂ ਆ ਜਾਊਂਗਾ, ਫਿਕਰ ਨਹੀਂ ਕਰਨੀ, ਮੈਂ ਇੰਜ ਗੁਆਚਣਾ। ਨਹੀਂ ਤਾਂ ਸਾਡੇ ਵੀ ਉੱਥੇ ਗੁਆਚ ਗਿਆ ਸੀ ਮੁੰਡਾ ਭਾਜੀ, ਉਹਨਾਂ ਟੀਵੀ ਟੂਵੀ 'ਚ ਕਢਾ ਦਿੰਦੇ ਨਾ ਅੱਜ ਕੱਲ੍ਹ, ਸੋਸ਼ਲ ਮੀਡੀਆ 'ਤੇ ਪਾਉਂਦੇ ਵੀ ਆਹ ਬੱਚੇ ਦੀ ਫੋਟੋ ਤਾਂ ਗੁਆਚ ਗਿਆ, ਅਤੇ ਉਹ ਘਰਦਿਆਂ ਨੂੰ 3 ਘੰਟੇ ਬਾਅਦ ਲੱਭ ਗਿਆ, ਪਰ 3 ਸਾਲ ਹੋ ਗਏ ਨੇ ਘਰੋਂ ਨਹੀਂ ਬਾਹਰ ਨਿਕਲ ਸਕਦਾ, ਜਦੋਂ ਨਿਕਲਦਾ ਕੋਈ ਲੱਭ ਕੇ ਫੜਾ ਜਾਂਦਾ, ਉਹ ਜਦ ਸਕੂਲ ਨਹੀਂ ਜਾ ਸਕਦਾ, ਘਰੋਂ ਨਿਕਲ ਕਹਿੰਦੇ ਕਹਿੰਦੇ ਲੱਭ ਗਿਆ, ਗੁਆਚਿਆ ਇੱਕ ਵਾਰੀ ਲੱਭਾ 350 ਪਹਿਲਾਂ ਲੱਭ ਚੁੱਕਾ, ਇਹ ਗੁਆਚਿਆ ਸੀ, ਫਿਰ ਉਹ ਤੁਹਾਨੂੰ ਵੱਡਾ ਹੋਏਗਾ ਤਾੜੀ ਮੁਛਾਣਗੀ ਤੇ ਲੋਕਾਂ ਨੂੰ ਭੁਲੇਖਾ ਉਹਦੀ ਯਾਰ ਚੇਂਜ ਹੋਏਗਾ, ਸ਼ਕਲ ਚੇਂਜ ਹੋਏਗੀ ਤੇ ਵਿਚਾਰੇ ਨੂੰ ਉਹ ਹੀ ਗੱਲ ਹੈ ਜਿਹੜਾ ਤੁਸੀਂ ਕਹਿੰਦੇ ਸੀ ਪਲੀਸ਼ ਹੋਇਆ ਸੀ ਵੀ ਮਿਸਿੰਗ ਕੈਨੇਡਾ 'ਚ, ਭੈਣਾ ਸੁਣਿਆ ਕਾਂਟੇ ਗਵਾਚ ਗਏ, ਭੈਣਾ ਉਹ ਕਿਸੇ ਨੂੰ ਬੋਤਲ, ਕਿਸੇ ਨੂੰ ਚਾਹ, ਕਿਸੇ ਨੂੰ ਬੋਤਲ, ਰਾਤ ਨੂੰ ਬੰਦਾ ਹੁੰਦਾ ਕਹਿੰਦਾ ਵੀ ਇਹ 26-27 ਹਜ਼ਾਰ ਰੁਪਇਆ ਤੇ ਸਵੇਰ ਦਾ ਹੀ ਲੱਗ ਗਿਆ ਤੇ ਤੂੰ ਕਹਿ ਦੇ ਵੀ ਲੱਭ ਗਏ, ਤੂੰ ਖਾਪਾ ਦੀ ਲੱਭ ਗਏ ਤੂੰ ਸਾਰੀਆਂ ਵਾਪਸ ਆਏ, ਨੀ ਸੁਣਿਆ ਤੇਰੇ ਕਾਂਟੇ ਲੱਭ ਗਏ, 26-27 ਹਜ਼ਾਰ ਹੋਰ ਲੱਗ ਗਿਆ। ਸਾਡੇ ਭਾਜੀ ਪੰਜਾਬ ਚ ਬਹੁਤ ਮਜ਼ੇ ਮਜ਼ੇਦਾਰ ਗੱਲ, ਮੈਨੂੰ ਲੋਕੀ ਪੁੱਛਦੇ ਯਾਰ ਤੂੰ ਕਿੱਦਾਂ ਕਾਮੇਡੀ, ਮੈਂ ਕਿਹਾ ਕਾਮੇਡੀ ਪੰਜਾਬ ਚ ਬੰਦਾ ਥੋੜਾ ਸਮਝਦਾਰ ਹੋਵੇ ਉਹਨੂੰ ਕਾਮੇਡੀ ਲੱਭਣ ਦੀ ਸੋਚਣ ਦੀ ਲੋੜ ਹੀ ਨਹੀਂ, ਆਪੇ ਆਣੇ ਕਦਮ ਕਦਮ ਤੇ ਭਾਜੀ ਕਾਮੇਡੀ ਕਦਮ ਕਦਮ ਤੇ ਔਰ ਸਾਡੇ ਬੜੇ ਬੜੇ ਆਰਟਿਸਟ ਐਸੇ ਨੇ ਜਿਨ੍ਹਾਂ ਨੇ ਆਮ ਜਿਹੜੇ ਗਲੀਆਂ ਮੁਹੱਲੇ ਵਾਲੇ ਕਰੈਕਟਰ ਨੇ ਨਾ ਉਹ ਪੀਤੇ ਨੇ ਘੋਲ ਕੇ, ਏਦਾਂ ਹੀ ਜਿੱਦਾਂ ਬਜ਼ੁਰਗ ਜਿਹੜੇ ਸੱਥ ਚ ਬੈਠੇ ਕਿੰਨੇ ਕਰੈਕਟਰ ਜਿਹੜੇ ਪਿੰਡ ਪੰਜਾਬ ਦੀ ਹਰ ਗੱਲ ਚ ਇਹੀ ਉਮਰ ਹੈ ਤੇ ਉਹ ਸਾਡੇ ਨੀ ਤੇ ਨਹਿਰ ਤੇ ਪੁਲਿਸ ਵਾਲਾ ਜਿਹੜਾ ਭਈਆ ਨਹਾਈ ਜਾਵੇ ਨਹਿਰ ਚ ਉਹ ਪੁਲ ਤੋਂ ਵਾਜਾ ਮਾਰੀ ਜਾਵੇ ਕਹਿੰਦਾ ਭਈਆ ਬਾਹਰ ਆ ਕੇ ਕੱਪੜੇ ਪਾਓ, ਕਹਿੰਦਾ ਕਿਉਂ, ਕਹਿੰਦਾ ਤੇਰੀ ਤਲਾਸ਼ੀ ਲੈਣੀ ਫਤਿਹਗੜ੍ਹ ਚੂੜੀਆਂ
ਤੁਹਾਡੇ ਦਾਦਕੇ ਆ, ਮੇਰੇ ਨਾਨਕੇ ਆ ਫਤਿਹਗੜ੍ਹ ਚੂੜੀਆਂ, ਮਤਲਬ ਬਚਪਨ ਹੀ ਉੱਥੇ ਲੰਘਿਆ ਸਾਰਾ। ਵੇਖੋ ਹਨਾ, ਤੁਹਾਡਾ ਜਿੱਥੇ ਤਰਸਦੇ ਹੋ ਤੁਸੀਂ ਜਾਣ ਨੂੰ ਹਨਾ, ਤੇ ਮੇਰਾ ਬਚਪਨ ਉੱਥੇ ਲੰਘਿਆ। ਏਦਾਂ ਹੀ ਮੈਨੂੰ ਇਹ ਵਲਵਲੇ ਹੁੰਦੇ ਸੀ ਯਾਰ, ਸਿਆਲਕੋਟ ਮੈਂ ਕਿਤੇ ਲਿਖਿਆ ਕਦੋਂ ਪੜਾਂਗਾ, ਉਹ ਮੈਂ ਕਦੋਂ ਬੀਲ ਪੱਥਰ ਵੇਖਾਂਗਾ ਜਿੱਥੇ ਲਿਖਿਆ ਹੋਗਾ ਸਿਆਲਕੋਟ 12 ਤੇ ਉਹ ਸਿਆਲਕੋਟ 8। ਜਿੱਦਣ ਮੈਂ ਪਹਿਲੀ ਵਾਰੀ ਵੇਖਿਆ ਭਾਜੀ, ਤੇ ਜਿੱਦਾਂ ਜਿੱਦਾਂ ਸਿਆਲਕੋਟ ਦੇ ਮੀਲ ਪੱਥਰ ਤੇ ਮੀਲ ਘਟਦੇ ਜਾਣ ਡੇ ਸੀ, ਮੇਰੇ ਅਥਰੂ ਵੱਧਦੇ ਜਾਣ ਡੇ ਸੀ, ਮੇਰੇ ਗਲੇਡੂ ਡਿੱਗਣ ਡੇ ਸੀ ਜਿੱਦਾਂ ਜਿੱਦਾਂ ਮੀਲ ਘਟਦੇ ਜਾਂਦੇ ਭਾਜੀ। ਮੈਨੂੰ ਲੱਗਾ ਜਦੋਂ ਸਿਆਲਕੋਟ ਮੇਰੀ ਗੱਡੀ ਵੜੀ ਨਾ, ਉਹੀ ਭੀੜੇ ਬਾਜ਼ਾਰ ਸਾਡੇ ਵੱਲ, ਮੈਂ ਗਿਆ ਮੇਰੇ ਖਿਆਲ 2015 ਦੀ ਗੱਲ ਹੋਣੀ, ਮੇਰੇ ਖਿਆਲ 14-15 ਦੀ ਗੱਲ ਹੋਣੀ ਯਾਰ, ਉਦੋਂ ਦੀ ਕੋਈ ਵੀਡੀਓ ਨਹੀਂ ਭਾਜੀ, ਤੇ ਉਹੀ ਭੀੜੇ ਬਾਜ਼ਾਰ ਜੇ ਮੈਨੂੰ ਮਿਲੀ ਤਾਂ ਮੈਂ ਜ਼ਰੂਰ ਸਿਸਟਮ ਸਾਰਾ ਕੁਝ। ਪਰ ਮੈਨੂੰ ਲੱਗੇ ਵੀ ਮੈਨੂੰ ਹਰ ਚੀਜ਼ ਇੱਥੇ ਕਲਾਵੇ ਲੈਣ ਡਈ, ਮੈਨੂੰ ਜੱਫੇ ਮਾਰ, ਮੈਂ ਤਾਂ ਗੱਲਾਂ ਕਰਦੇ, ਮੈਨੂੰ ਲੱਗੇ ਵੀ ਇਹ ਸਾਰੇ ਬਾਬੇ ਜਿੰਨੇ ਇੱਥੇ ਤੁਰੇ ਫਿਰਦੇ, ਮਿੱਟੀ ਗਲੀਆਂ, ਤੇ ਮੈਂ ਉਹ ਕੱਚੀਆਂ ਕੰਧਾਂ ਵੇਖਾਂ ਜਿਹੜੀਆਂ ਪੁਰਾਣੀਆਂ 47 ਤੋਂ ਪਹਿਲਾਂ ਦੀ ਨਜ਼ਰ ਆਉਂਦੀਆਂ ਨਾ ਉੱਥੇ, ਕਈ ਸਿਆਲਕੋਟ ਅਜੇ ਵੀ ਕਈ ਥਾਂ ਹੈਗਾ, ਤੇ ਮੈਂ ਵੇਖਾਂ ਵੀ ਇਹਨੂੰ ਮੇਰੇ ਪੜਦਾਦਾ ਵੀ ਵਹਿੰਦਾ ਹੋਣਾ ਹਨਾ, ਜਿੱਦਾਂ ਤੁਸੀਂ ਸੋਚਦੇ ਹੋ ਸੇਮ, ਮੇਰੇ ਪੜਦਾਦੇ ਨੇ ਕਦੀ ਤਾਂ ਇੱਥੋਂ ਲੰਘਿਆ ਹੋਏਗਾ, ਮੇਰਾ ਪੜਦਾਦਾ, ਉਹਦਾ ਵੀ ਧਿਆਨ ਇਸ ਕੰਧ ਤੇ ਪਿਆ ਹੋਣਾ। ਇਹ ਜਿਹੜੇ ਰੁੱਖ ਨੇ ਇਹ ਸਾਡੇ ਬਜ਼ੁਰਗਾਂ ਦੇ ਟਾਈਮ ਦੇ ਲੱਗੇ ਨੇ, ਸਿਆਲਕੋਟ ਫਿਰ ਮੈਂ ਕਿਸੇ ਨੂੰ ਪੁੱਛਣਾ ਵੀ ਕੀ ਲਿਖਿਆ, ਕਹਿੰਦੇ ਸਿਆਲਕੋਟ। ਫਿਰ ਜਿੱਦਾਂ ਜਿੱਦਾਂ ਗਾਹ ਨਾਰੋਵਾਲ ਨੂੰ ਗਏ, ਕਿਉਂਕਿ ਨਾਰੋਵਾਲ ਉਦੋਂ ਤਹਿਸੀਲ ਹੁੰਦੀ ਸੀ ਤੇ ਹੁਣ ਜ਼ਿਲ੍ਹਾ ਬਣ ਗਿਆ, ਤੇ ਫਿਰ ਅਸੀਂ ਆਪਣੇ ਪਿੰਡ ਗਏ, ਤੇ ਮੇਰੇ ਨਾਨਕੇ ਉੱਥੇ ਲੱਗੇ ਨੇ ਨਾਰੋਵਾਲ ਦੇ, ਉਹ ਰਸੀਂਵਾਲ ਆ ਉੱਥੇ ਜੀ ਇੱਕ ਪਿੰਡ, ਰਸੀਂਵਾਲ ਸਾਡੇ ਮੇਰੇ ਨਾਨੇ ਦਾ ਪਿੰਡ ਹੈ। ਤੁਹਾਡਾ ਜਿਹੜਾ ਮਤਲਬ ਜਿਹੜਾ ਤੁਹਾਡਾ ਸਪੈਸ਼ਲ, ਤੁਸੀਂ ਸਿਆਲਕੋਟ ਸ਼ਹਿਰ ਦੇ ਹੋ? ਨਹੀਂ, ਸਾਡਾ ਨਾਰੋਵਾਲ, ਨਾਰੋਵਾਲ ਦੇ ਨਾਲ ਨਾਲ ਪਿੰਡ ਹੈ ਸਾਡਾ ਕੁੱਲਾ ਮੰਡਿਆਲਾ, ਕੁੱਲਾ ਮੰਡਿਆਲਾ, ਬਟ ਦੋ ਕੁੱਲੇ ਨੇ, ਅਸੀਂ ਵੱਡੇ ਕੁੱਲੇ ਦੇ ਹਾਂ। ਤੁਸੀਂ ਗਏ ਉੱਥੇ ਫਿਰ? ਹਾਂਜੀ, ਮੈਂ ਘਰ ਗਿਆ। ਤੇ ਜਿਹੜਾ ਤੁਹਾਡਾ ਘਰ? ਹਾਂਜੀ ਹਾਂਜੀ, ਨਹੀਂ ਇਹ ਮੈਂ ਨਾ 2007 'ਚ ਪਹਿਲਾਂ ਮੈਂ ਆਪਣੇ ਬਜ਼ੁਰਗਾਂ ਨੂੰ ਘੱਲਿਆ, ਅਤੇ ਆਪਣੇ ਡੈਡੀ ਨੂੰ, ਮੰਮੀ ਨੂੰ ਹਨਾ, ਮੈਂ ਪਹਿਲਾਂ ਉਹਨਾਂ ਨੂੰ ਘੱਲਿਆ ਉੱਥੇ ਵੀ ਤੁਸੀਂ ਜਾ ਕੇ ਆਓ। ਮੇਰੇ ਇੱਥੇ ਦੋਸਤ ਸੀਗੇ ਇੱਥੇ ਫਿਲਮ ਇੰਡਸਟਰੀ ਦੇ, ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਹਾਡੀ ਜ਼ਿੰਮੇਦਾਰੀ ਇਹਨਾਂ ਨੂੰ, ਉਹ ਫਿਰ ਉਹ ਗੱਡੀਆਂ ਛੱਡੀਆਂ ਲੈ ਕੇ ਗਏ। ਅੱਛਾ। ਅਤੇ ਮੇਰੇ ਡੈਡੀ ਨਾਲ, ਉਹਨਾਂ ਦੇ ਇੱਕ ਦੋ ਮਿੱਤਰ ਸੀ, ਮੇਰੇ ਮੰਮੀ ਡੈਡੀ ਅਤੇ ਨਾਲ ਉਹਨਾਂ ਦੇ ਇੱਕ ਬਜ਼ੁਰਗ ਹੋਰ ਇੱਕ ਜੋੜਾ ਗਿਆ ਨਾਲ, ਅਤੇ ਉਹ ਫਿਰ ਜੋ ਮੰਜ਼ਰ ਉੱਥੇ ਉਹਨਾਂ ਨੇ ਦੇਖਿਆ, ਜੋ ਚੀਜ਼ਾਂ ਉਹਨਾਂ ਨੇ ਉੱਥੇ ਦੇਖੀਆਂ। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਡੈਡੀ ਉਹਨਾਂ ਨੂੰ ਘੱਲਿਆ ਨਾ, ਉਦੋਂ ਸਾਡਾ ਘਰ ਉੱਦਾਂ ਹੀ ਖਲੋਤਾ ਸੀ। ਅੱਛਾ ਅੱਛਾ, ਉਦੋਂ ਉਸ ਤਰ੍ਹਾਂ ਸੀ ਜਿੱਦਾਂ ਛੱਡ ਕੇ ਆਏ? ਅੱਛਾ, ਡੈਡੀ ਉਹਨੇ ਉਸ ਸਿਆਲਾਂ 'ਚ ਵੇਖਿਆ? ਉਹ ਗਏ ਉੱਥੇ, ਇਹਨਾਂ ਨੇ ਪਹਿਲਾਂ ਪੁੱਛਿਆ ਵੀ ਕੌਣ, ਕਹਿੰਦੇ ਜੀ ਜ਼ੈਲਦਾਰ ਗਹਿਣਾ ਸਿੰਘ ਦੇ ਬੱਚੇ ਨੇ, ਅਤੇ ਇਹਨਾਂ ਨੇ ਆਪਣਾ ਘਰ ਵੇਖਣਾ। ਕਹਿੰਦੇ ਜ਼ੈਲਦਾਰ ਗਹਿਣਾ ਸਿੰਘ ਦੇ ਅੱਗੋਂ, ਕਹਿੰਦੇ ਪਟਵਾਰੀ ਗੰਡਾ ਸਿੰਘ ਦਾ ਮੈਂ ਪੋਤਰਾ ਵਾਂ। ਕਹਿੰਦੇ ਅੱਛਾ। ਫਿਰ ਇੱਕ ਘਰ 'ਚ ਲੈ ਗਏ, ਉੱਥੇ ਜਾ ਕੇ ਡੈਡੀ ਨੇ ਵੇਖਿਆ, ਬਹਿ ਵੀ ਗਏ ਵਿਹੜੇ 'ਚ। ਡੈਡੀ ਕਹਿੰਦੇ ਵੀ ਮੈਂ ਹੁੰਦਾ ਤਾਂ ਉਦੋਂ 5-6-7 ਸਾਲਾਂ ਦਾ ਜਦੋਂ ਇੱਥੋਂ ਗਿਆ, ਪਰ ਮੈਨੂੰ ਲੱਗਦਾ ਵੀ ਅਸੀਂ ਸਹੀ ਘਰ 'ਚ ਨਹੀਂ ਆਏ। ਉਹ ਕਹਿੰਦੇ ਨੇ ਜੇ ਤੁਸੀਂ ਉਹਨਾਂ ਦੇ ਹੋ ਤਾਂ ਫਿਰ ਤੁਸੀਂ ਸਹੀ ਘਰ 'ਚ ਹੀ ਆਏ। ਉਹਨਾਂ ਨੂੰ ਫਿਰ ਲੱਗੀ ਜਾਵੇ ਵੀ ਨਹੀਂ, ਮੈਂ ਆਪਣੇ ਸਹੀ ਘਰ ਨਹੀਂ ਬੈਠਾ। ਫਿਰ ਉਹ ਡੈਡੀ ਨੂੰ ਕਿਸੇ ਨੇ ਕਿਹਾ ਤੁਹਾਡੀ ਤਸੱਲੀ ਕਰਾ ਦੇਣਾ, ਇੱਕ ਹੋਰ ਬਜ਼ੁਰਗ ਦੂਜੇ ਪਾਸਿਓਂ ਫੜ ਕੇ ਲਿਆਂਦਾ, ਇੱਕ ਚੁੱਕ ਕੇ ਲਿਆਉਣ ਵਾਲੀ ਗੱਲ ਸੀ, ਹੁਣ ਫੜ ਕੇ ਲਿਆਉਣ ਵਾਲੇ ਬਜ਼ੁਰਗ ਤਾਂ ਰਹਿ ਨਹੀਂ ਗਏ। ਫਿਰ ਜਦੋਂ ਲਿਆਂਦੇ ਤੇ ਉਹਨਾਂ ਨੂੰ, ਉਹਨਾਂ ਪੁੱਛਿਆ ਵੀ ਤੂੰ ਕੌਣ ਆ ਕਾਕਾ? ਡੈਡੀ ਮੇਰੇ ਨੂੰ ਕਾਕਾ ਕਵੇ, ਮੇਰੇ ਡੈਡੀ ਕਹਿੰਦੇ ਪਹਿਲਾਂ ਤਾਂ ਮੈਨੂੰ ਇਸੇ ਗੱਲੋਂ ਚਾਅ ਚੜ ਗਿਆ, ਚੱਲ ਮਨਿਆਸ ਉਮਰੇ ਵੀ ਕਿਸੇ ਨੇ ਕਾਕਾ ਕਿਹਾ। ਡੈਡੀ ਨੇ ਫਿਰ ਦੱਸਿਆ ਵੀ ਮੈਂ ਜ਼ੈਲਦਾਰ ਗਹਿਣਾ ਸਿੰਘ ਦਾ ਹੈਗਾ ਪੜੋਤਰਾ ਅਤੇ ਗੰਡਾ ਸਿੰਘ ਪਟਵਾਰੀ ਦਾ ਪੋਤਰਾ। ਉਹਨੇ 35 ਸੱਟੇ ਕਿਹਾ, ਕਹਿੰਦਾ ਡਾਕਟਰ ਦਾ ਮੁੰਡਾ ਗੁਰਦੀਪ ਦਾ? ਡੈਡੀ ਕਹਿੰਦੇ ਹਾਂਜੀ। ਕਹਿੰਦੇ ਤੇਰਾ ਮੜੰਗਾ ਹੀ ਉਹੀ ਹੈ? ਡੈਡੀ ਕਹਿੰਦੇ ਜਿਹਨੂੰ ਮੇਰੇ ਪਿਓ ਦਾ ਵੀ ਪਤਾ ਨਾ, ਇਹਦਾ ਮਤਲਬ ਇਹਨੂੰ ਸਾਡਾ ਘਰ ਉਹਦੀ ਬਰੀਕੀ ਕਿੰਨੀ ਹੈਗੀ, ਜਿਹਨੇ ਮੜੰਗਾ ਵੀ ਪਛਾਣ ਲਿਆ ਉਹਨੇ ਹਨਾ। ਦੇਖੋ ਕਿੰਨੇ 47 ਦੀਆਂ ਗੱਲਾਂ ਨੇ, ਉਸ ਤੋਂ ਬਾਅਦ ਨਾ ਕੋਈ ਗਿਆ ਨਾ ਆਇਆ। ਉਹਨੇ ਮੂੰਹ ਵੇਖ ਕੇ ਦੱਸਤਾ, ਕਹਿੰਦਾ ਡਾਕਟਰ ਗੁਰਦੀਪ ਦਾ ਮੁੰਡਾ? ਤੂੰ ਕਹਿੰਦਾ ਹਾਂਜੀ। ਕਹਿੰਦਾ ਕਾਕਾ ਫਿਰ ਤੂੰ ਗਲਤ ਘਰ 'ਚ ਬੈਠਾ। ਕਹਿੰਦਾ ਉੱਠ ਫਿਰ। ਫਿਰ ਉਹ ਲੈ ਕੇ ਗਿਆ। ਫਿਰ ਜਦੋਂ ਗਲੀ ਜੀ ਲੰਘੇ ਨੇ, ਡੈਡੀ ਕਹਿੰਦੇ ਹੁਣ ਨਾ ਦੱਸੇ, ਹੁਣ ਮੈਂ ਦੱਸਣਾ। ਕਹਿੰਦੇ ਗਲੀ ਅੱਗੋਂ ਜਾ ਕੇ ਬੰਦ ਹੋ ਜਾਂਦੀ? ਕਹਿੰਦੇ ਹਾਂਜੀ। ਕਹਿੰਦੇ ਬਾਹਰਲੇ ਪਾਸੇ ਖੁਰਲੀ ਸਾਡੀ ਤੇ ਅੰਦਰ, ਕਹਿੰਦੇ ਉਹੀ ਖੁਰਲੀ ਤੈਨੂੰ। ਉਹ ਘਰ ਫਿਰ ਉਦਾਂ ਹੀ ਖਲੋਤਾ ਸੀ। ਅੱਜ ਵੀ ਸੁਪਨੇ ਚ ਆਉਂਦਾ ਉਹਨਾਂ ਦੇ ਜਦੋਂ ਵੀ? ਡੈਡੀ ਮੇਰੇ ਅੱਜ ਵੀ ਕਹਿੰਦੇ ਨੇ, ਇਹਦੇ ਨਾਲ ਗੱਲਾਂ ਕਰਦੇ ਹੁੰਦੇ ਨੇ, ਕਹਿੰਦੇ ਪੁੱਤਰ ਮੈਂ ਅੱਜ ਵੀ, ਕਹਿੰਦੇ ਸੌਣਾ ਮੈਂ ਇੱਥੇ ਹਾਂ ਜਲੰਧਰ ਜਾਂ ਮੋਹਾਲੀ ਚੰਡੀਗੜ੍ਹ, ਕਹਿੰਦੇ ਮੈਂ 3 ਮਿੰਟਾਂ ਬਾਅਦ ਕੁੱਲੇ ਪਹੁੰਚਿਆ ਹੁਣ। ਕਹਿੰਦੇ ਮੈਨੂੰ ਲੱਗਦਾ ਮੈਂ ਕੁੱਲੇ ਹੀ ਤੁਰਿਆ ਫਿਰਨਾ ਵਾ। ਤੁਸੀਂ ਜਦੋਂ ਗਏ ਉਦੋਂ ਡੈਡੀ ਨਾਲ ਗਏ? ਨਹੀਂ, ਪਹਿਲਾਂ ਡੈਡੀ ਨੂੰ ਮੈਂ 2007 'ਚ ਕਰਤਾ ਸੀ, ਕਿਉਂਕਿ ਮੈਂ ਇੱਧਰ ਬਿਜ਼ੀ ਹੁੰਦਾ ਸਾਂ। ਮੈਂ ਚੱਲ ਯਾਰ, ਮੇਰੇ ਕੋਲ ਪਤਾ ਨਹੀਂ ਕਦੋਂ ਟਾਈਮ ਲੱਗਣਾ, ਤੇ ਉਮਰਾਂ ਦਾ ਕੋਈ ਪਤਾ ਨਹੀਂ ਹੁੰਦਾ ਹੈ ਨਾ ਬੰਦੇ ਦਾ। ਮੈਂ ਤੁਸੀਂ ਜਾਓ ਵੇਖ ਕੇ ਆਓ। ਤੇ ਇਹ ਫਿਰ ਗਏ, ਵੀਡੀਓ ਵੀਡੀਓ ਬਣਾ ਕੇ ਲਿਆਏ, ਫਿਰ ਘਰ ਦੇ ਨਲਕੇ ਦਾ ਪਾਣੀ ਭਰ ਕੇ ਲਿਆਂਦਾ, ਉੱਥੋਂ ਨਿਆਣਿਆਂ ਨੂੰ ਪਿਆਇਆ, ਇੱਥੇ ਲਿਆ ਕੇ ਆਪਣੇ ਘਰ ਦੀ ਮਿੱਟੀ ਲਿਆਂਦੀ, ਆਪਣੇ ਘਰ ਦੀਆਂ, ਫਿਰ ਇੱਧਰ ਕਿਆਰੀਆਂ 'ਚ ਸੁੱਟੀ ਮਿੱਟੀ ਉਹ ਵਾਲੀ, ਤੇ ਪਾਣੀ ਪੀਤਾ ਸੀ, ਸਾਰਿਆਂ ਨੂੰ ਪਾਣੀ ਪਿਆਇਆ। ਤੇ ਉਹ ਫਿਰ ਕਹਿਣ ਦਾ ਮਤਲਬ ਇਹ ਵੀ ਉਹ ਬਜ਼ੁਰਗਾਂ ਨੇ ਉੱਥੇ ਜੋ ਪਿਆਰ ਦਿੱਤਾ, ਮਤਲਬ ਉਹ
ਕਹਿ ਨਹੀਂ ਸਕਿਆ, ਮਤਲਬ ਸ਼ਬਦ ਹੀ ਹੈ ਨਹੀਂ ਉਹ ਗੱਲ ਦੱਸਣ। ਅੱਛਾ ਭਾਅ ਜੀ, ਤੁਸੀਂ ਇਹ ਤੁਸੀਂ ਗੌਰ ਕਰੋ, ਤੁਸੀਂ ਉੱਥੇ ਜੰਮੇ ਨਹੀਂ। ਨਾ ਜੀ ਨਾ, ਮੈਂ ਉੱਥੇ ਨਹੀਂ ਜੰਮਿਆ ਫਤਿਹਗੜ੍ਹ 'ਚ। ਅਸੀਂ ਉਹ ਦੇਖਿਆ ਨਹੀਂ, ਸਾਨੂੰ ਉੱਥੇ ਦਾ ਪਤਾ ਨਹੀਂ। ਫਿਰ ਵੀ ਖਿੱਚ, ਸਾਨੂੰ ਵੀ ਖਿੱਚ ਪੈਂਦੀ। ਇਹ ਕੈਸੀ, ਉਹ ਜਿਹੜੇ ਤਾਂ ਰਹਿ ਕੇ ਆਏ ਉਹਨਾਂ ਦਾ ਕੀ ਹਾਲ ਹੋਊਗਾ। ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰਾ ਦਿਲ ਕਰਦਾ ਕਿਹੜਾ ਵੇਲਾ ਹੋਵੇ ਮੈਂ ਫਤਿਹਗੜ੍ਹ ਚੂੜੀਆਂ 'ਚ ਉਹਦੇ ਆਲੇ ਦੁਆਲੇ ਅੰਮ੍ਰਿਤਸਰ ਨਾਨਕਿਆਂ ਦਾਦਕਿਆਂ ਦੇ ਮੈਂ ਫੇਰਾਂ। ਨਾ ਮੇਰਾ ਉੱਥੇ ਕੋਈ ਜ਼ਾਹਰੀ ਫਿਜ਼ੀਕਲੀ ਤਲਕ ਆ ਫਿਜ਼ੀਕਲੀ, ਨਾ ਮੇਰੀ ਕੋਈ ਜੰਪਲ ਉੱਥੇ, ਨਾ ਮੈਂ ਇੱਕ ਸਕਿੰਟਲੀ ਗਿਆ। ਮੈਨੂੰ ਇੰਝ ਲੱਗਦਾ ਕਿ ਮੈਂ ਉੱਥੇ ਦਾ ਮੇਰੀ ਮਤਲਬ ਸਾਰਾ ਵੱਡੀ ਉੱਥੇ ਦੇ, ਅਤੇ ਜਿਹੜੇ ਉੱਥੇ ਰਹਿ ਕੇ ਆਏ ਨੇ ਉਸ ਦਰੋ ਦੀਵਾਰ ਦੇ ਨਾਲ, ਉਹ ਸੁੱਤੇ ਨੇ ਉੱਠੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਉਹ ਮੈਂ ਤਾਂ ਇਹ ਸੋਚਦਾ। ਉਹੀ ਨਾ ਖਿੱਚ ਜਿਹੜੀ ਹੈ ਨਾ ਭਾਜੀ, ਉਸੇ ਚੀਜ਼ ਦੀ ਸਾਨੂੰ ਆਪਣੇ ਸਾਨੂੰ ਖਿੱਚ ਪੈਂਦੀ ਤੇ ਉਹਨਾਂ ਦਾ ਸੋਚੋ। ਅੱਛਾ ਭਾਜੀ, ਇੱਕ ਹੋਰ ਗੱਲ ਆ, ਹੁਣ ਦੇਖੋ ਮੇਰਾ ਅੱਗੋਂ ਪੁੱਤਰ ਆ, ਉਹਨੂੰ ਹੋਏਗੀ ਇੰਨੀ ਨਹੀਂ ਜਿੰਨੀ ਮੈਨੂੰ ਆ। ਇਹਦੀ ਕੀ ਵਜ੍ਹਾ, ਕਿਉਂਕਿ ਮੈਂ ਵੀ ਨਹੀਂ ਉੱਥੇ ਗਿਆ, ਉਹ ਵੀ ਨਹੀਂ ਗਿਆ। ਉਹਨੂੰ ਤੁਹਾਡੀ ਖਿੱਚ ਹੈ, ਉਹਨੇ ਆਪਣਾ ਬਜ਼ੁਰਗ ਨਹੀਂ, ਉਹ ਬਜ਼ੁਰਗ ਨਹੀਂ ਵੇਖਿਆ ਆਪਣੇ, ਹੈ ਨਾ। ਮੈਨੂੰ ਪਤਾ ਮੇਰੇ ਪਿਓ ਦੀ ਪੈਦਾਇਸ਼ ਉੱਥੋਂ ਦੀ ਹੈ। ਸਹੀ ਗੱਲ ਹੈ। ਉਹਨੇ ਮੈਨੂੰ ਗੱਲਾਂ ਦੱਸੀਆਂ ਨੇ ਆਪਣੇ ਪਿੰਡ ਦੀਆਂ। ਪਹਿਲਾਂ ਸਾਈਕਲ ਸਾਡੇ ਘਰ ਆਇਆ ਸੀ ਉੱਥੇ ਉਸ ਇਲਾਕੇ 'ਚ, ਅਤੇ ਮੇਰਾ ਦਾਦਾ ਜਾਨੀ ਹੁਣ ਵਿਚਾਰੇ ਨਹੀਂ ਰਹੇ, ਹੈ ਨਾ, ਫੌਤ ਹੋ ਗਏ ਨੇ। ਮੇਰੇ ਦਾਦਾ ਜੀ ਕਹਿੰਦੇ ਜਦੋਂ ਪਿੰਡ ਦੇ ਵਿੱਚ ਹੱਥ ਛੱਡ ਕੇ ਸਾਈਕਲ ਚਲਾਉਂਦੇ ਹੁੰਦੇ ਨਾ, ਤਾਂ ਲੋਕ ਕੋਠੇ 'ਤੇ ਖਲੋ ਖਲੋ ਵਹਿੰਦੇ ਹੁੰਦੇ ਵੀ ਪਟਵਾਰੀ ਗੰਡਾ ਸਿੰਘ ਦਾ ਮੁੰਡਾ ਇਲਤਾਂ ਕਰਨ ਗਿਆ। ਉਹਨਾਂ ਦੇ ਬਲੱਡ 'ਚ ਵੀ ਹਿਊਮਰ ਜਿੱਦਾਂ ਵਸਿਆ ਪਿਆ ਸੀ, ਇਹ ਤਾਂ ਇਸ ਤਰ੍ਹਾਂ ਉੱਥੇ ਹੀ ਮਿਲਦੀ ਚੀਜ਼ਾਂ, ਉੱਥੇ ਮਿਲਦੀਆਂ। ਮੇਰੇ ਨਾ ਸਾਡੇ ਇੱਥੇ ਇੱਕ ਬੜੇ ਸੀਨੀਅਰ ਮੰਤਰੀ ਨੇ ਪੰਜਾਬ ਦੇ, ਉਹ ਉਹਨਾਂ ਨਾਲ ਕਿਤੇ ਉਹਨਾਂ ਦੇ ਵੱਡੇ ਭਾਈ ਸਾਹਿਬ ਮੈਨੂੰ ਮਿਲੇ, ਉਹਨਾਂ ਨਾਲ ਗੱਲ ਚੱਲੀ। ਮੈਂ ਬੈਠਾ ਸਾਂ ਕਨੈਟੀਕਟ, ਅਤੇ ਉਹਨਾਂ ਨੇ ਗੱਲਾਂ ਚੱਲ ਪਈਆਂ। ਉਹ ਬਾਜਵੇ ਨੇ, ਉਹ ਵੀ ਉੱਥੋਂ ਦੇ ਨਰਸਿੰਘਵਾਲ ਦੇ ਲਾਗੇ ਦੇ ਕਲਾਸ ਵਾਲੀਏ, ਹੈ ਨਾ, ਉਹ ਹੈਗੇ ਨੇ ਅਤੇ ਉੱਥੇ ਲਾਗੇ ਪਿੰਡ ਪੁੰਡ ਉਹਨਾਂ ਦੇ ਸਾਰੇ। ਉਹ ਮੈਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਨੂੰ ਵੀ ਮੈਂ, ਕਹਿੰਦੇ ਤੂੰ ਹੁਣ ਪਟਵਾਰੀ ਗੰਡਾ ਸਿੰਘ ਦਾ ਕੀ ਲੱਗਣਾ। ਮੈਂ, ਮੇਰਾ ਪੜਦਾਦਾ ਸੀ ਪਟਵਾਰੀ ਗੰਡਾ ਸਿੰਘ। ਕਹਿੰਦਾ ਮੈਨੂੰ ਹੁਣ ਸਮਝ ਆਈ ਤੂੰ ਕਿਉਂ ਇੰਨਾ ਸ਼ਰਾਰਤੀ ਜਾਂ ਕਿਉਂ ਕਲਾਕਾਰ। ਮੈਂ ਕਿਉਂ, ਕਹਿੰਦਾ ਤੇਰਾ ਪੜਦਾਦਾ ਤੇਰੇ ਤੋਂ ਵੱਡਾ ਕਲਾਕਾਰ ਸੀ, ਕਹਿੰਦਾ ਉਹ ਪਟਵਾਰੀ ਸੀ, ਕਹਿੰਦਾ ਪਰ ਉਹਦੇ ਨਾਲ ਪਟਵਾਰੀ ਵਾਲਾ ਕੰਮ ਲੋਕਾਂ ਨੂੰ ਘੱਟ ਪੈਂਦਾ ਸੀ ਜਦੋਂ, ਕਹਿੰਦਾ ਸਾਡੀ ਹਵੇਲੀ 'ਚ ਉਹਦਾ ਦਫ਼ਤਰ ਲੱਗਦਾ ਹੁੰਦਾ ਸੀ। ਕਹਿੰਦਾ ਪਿੰਡ ਕੰਮ ਛੱਡ ਕੇ ਆ ਜਾਂਦਾ ਹੁੰਦਾ, ਫਰਦਾਂ ਦੋ ਨੇ ਲੈਣੀਆਂ, 200 ਬੰਦਾ ਦੀਆਂ ਗੱਲਾਂ ਸੁਣਨ ਆ ਜਾਂਦਾ। ਇਹ ਮਾਹੌਲ ਹੁੰਦੇ ਸੀ, ਹੁੰਦਾ ਭਾਜੀ, ਇਹੀ ਚਾਹੀਏ, ਇਹੀ ਚਾਹੀਦਾ ਸੀ ਭਾਜੀ। ਹੁਣ ਮੈਨੂੰ ਮੈਨੂੰ ਹੁਣ ਜ਼ਾਹਰੀ ਲੋਕੀ ਕਹਿਣਗੇ ਤੇਰਾ ਤਾਂ ਕੋਈ ਵੀ ਨਹੀਂ ਇਸ ਚੱਕਰ 'ਚ, ਤੂੰ ਕਿਸ ਚੱਕਰ 'ਚ ਪੈ ਗਿਆ ਹਸਾਉਣ ਧੂਣ ਵਾਲੇ, ਨਾ ਤੇਰਾ ਪਿਓ ਨਾ ਤੇਰੇ ਚਾਚੇ ਨਾ। ਲੇਕਿਨ ਭਾਜੀ ਕਿਤੇ ਨਾ ਕਿਤੇ ਇਹ ਕੁੰਡੀ ਪਈ ਹੁੰਦੀ ਪੁਰਾਣੀ ਕਿਤੇ। ਮੇਰੀ ਭਾਜੀ ਫੁੱਫੀ ਇੱਕ ਫੌਤ ਹੋ ਗਈ ਹੈ, ਉਹਦੀਆਂ ਗੱਲਾਂ ਸਾਡੇ ਖਾਨਦਾਨ 'ਚ ਮਸ਼ਹੂਰ ਨੇ ਪੂਰੀਆਂ, ਜਿਵੇਂ ਕਿਸੇ ਬਰੀਕ ਆਦਮੀ ਦੀਆਂ ਹੁੰਦੀਆਂ, ਅਤੇ ਉਹਨੇ ਸੋਚ ਕੇ ਨਹੀਂ ਕਰਨੀਆਂ, ਉਹਨੇ ਕਰੀ ਜਾਣੀਆਂ। ਵੀ ਮੈਂ ਅੱਜ ਸੁਣਾ ਰਿਹਾ ਸੀ ਗੱਲ ਵੀ ਉਹ ਜਦੋਂ ਫੌਤ ਹੋਈ ਨਾ, ਤਾਂ 1.5-2 ਲੱਖ ਦੀ ਕਾਰ ਲੈ ਲਈ ਉਹਦੇ ਮੁੰਡੇ ਨੇ। ਅੱਛਾ ਜੀ। ਅਤੇ ਉਹ ਕਿਵੇਂ ਦੀ ਹੋਏਗੀ ਵੀ 1.5-2 ਲੱਖ ਦੀ, ਅਤੇ ਬਿਮਾਰ ਹੋਈ ਅਤੇ ਉਹਦੇ 'ਚ ਪਾ ਕੇ ਉਹਨੂੰ ਹਸਪਤਾਲ ਲੈ ਗਏ, ਅਤੇ ਹੁਣ ਹਸਪਤਾਲ ਪਹੁੰਚ ਗਏ, ਪਹੁੰਚ ਕੇ ਲੰਮੇ ਪਈ ਡ੍ਰਿਪ ਲੱਗੀ, ਅਤੇ ਉਹਨੂੰ ਕਹਿੰਦੀ ਆ ਉਹਦੀ ਕਾਰ 'ਚ ਮਤਲਬ ਮਰੀਜ਼ ਦਾ ਫਿਕਰ ਘੱਟ ਅਤੇ ਕਾਰ ਦਾ ਬਹੁਤਾ ਹੁੰਦਾ। ਕਹਿੰਦੀ ਫਿਰ ਵਸੀਮ ਕਹਿੰਦਾ ਹਾਂਜੀ ਮਾਂ ਜੀ, ਪੁੱਤ ਅੱਗੇ ਤੋਂ ਮੇਰੀ ਤਬੀਅਤ ਖਰਾਬ ਹੋਵੇ ਨਾ ਮੈਨੂੰ ਘਰੇ ਮਰ ਲੈਣ ਦੀ, ਮੈਨੂੰ ਇਸ ਗੱਡੀ 'ਚ ਨਾ ਲੈ ਕੇ। ਅੱਛਾ ਭਾਅ ਜੀ, ਇਹ ਦੱਸੋ ਵੀ ਇਹ ਕਿੱਥੋਂ ਮਤਲਬ ਇੱਕਦਮ ਬਚਪਨ ਤੋਂ ਹੀ ਇਹ ਜ਼ਿਹਨ ਬਣਿਆ ਸੀ ਕੋਈ ਪੜ੍ਹਾਈ ਪੜ੍ਹੋਈ ਦਾ ਤਲਕ ਕੋਈ ਨਹੀਂ? ਮਜ਼ੇ ਦੀ ਗੱਲ ਹੈ ਭਾਅ, ਤੁਸੀਂ ਡਾਕਟਰ ਕਿਉਂ ਨਹੀਂ ਬਣੇ? ਮੈਂ ਭਾਅ ਜੀ ਜੇ ਫਿਰ ਸਾਰੇ ਡਾਕਟਰ ਬਣ ਜਾਏ, ਮਰੀਜ਼ ਕਿੰਨੇ ਬਣਨਾ ਭਾਅ ਜੀ? ਮਰੀਜ਼ ਵੀ ਤਾਂ ਚਾਹੀਦੇ ਨੇ ਨਾ ਦੁਨੀਆ 'ਚ ਭਾਅ ਜੀ। ਕੋਈ ਮਾਂ ਪਿਓ ਚਾਹੁੰਦਾ ਸਾਡਾ ਬੱਚਾ ਮਰੀਜ਼ ਬਣੇ? ਨਹੀਂ, ਤੇ ਫਿਰ ਸਾਰੇ ਡਾਕਟਰ ਬਣਾ ਦੇਣਗੇ ਤੇ ਭਾਜੀ ਫਿਰ ਡਾਕਟਰਾਂ ਦੇ ਕੰਮ ਕਿੱਦਾਂ ਚੱਲਣਗੇ? ਮੈਂ ਇਹੀ ਸੋਚ ਕੇ ਨਹੀਂ ਬਣਿਆ ਭਾਜੀ ਬਸ। ਅੱਛਾ, ਤੇ ਉਹ ਜਦੋਂ ਮੈਂ ਕਾਲਜ ਸਕੂਲ ਪੜ੍ਹਦਾ ਹੁੰਦਾ ਨਾ 4th-5th ਵਿੱਚ, ਤੇ ਉਦੋਂ ਬਾਲ ਸਭਾ ਲੱਗਦੀ ਹੁੰਦੀ ਨਾ ਸਕੂਲੇ, ਉਦੋਂ ਇੱਕ ਮੇਰੇ ਸਾਹਮਣੇ ਕਿਸੇ ਬੱਚੇ ਨੇ ਕੋਈ ਪਤਾ ਨਹੀਂ ਕਿ ਗਾਣਾ ਗੁਣਾ ਜਿਹਾ ਸੁਣਾਇਆ, ਤੇ ਸਾਰੇ ਬੜੇ ਹੱਸੇ, ਤੇ ਮੈਨੂੰ ਲੱਗਾ ਵੀ ਇਹ ਸਕੂਲ ਦਾ ਹੀਰੋ ਹੈ। ਅੱਛਾ, ਇੰਨਾ ਕੁ ਸਕੂਲ ਭਾਜੀ, ਕਿੰਨੇ ਟੋਟਲ 47 ਬੱਚੇ ਪੜ੍ਹਦੇ ਨੇ ਸਕੂਲ 'ਚ, ਅਤੇ ਮੈਨੂੰ ਲੱਗਾ ਵੀ ਇਹ ਸਕੂਲ ਦਾ ਹੀਰੋ ਹੈ, ਵੀ ਇਹ ਕਿੰਨੇ ਕੋਈ ਗੱਲ ਕਹੀ ਅਤੇ ਲੋਕ, ਉਹਨੇ ਕੋਈ ਕਾਮੇਡੀ ਗਾਣਾ ਜਿਹਾ ਸੁਣਾਇਆ ਅਤੇ ਲੋਕ ਹੱਸੇ, ਅਤੇ ਮੈਂ ਸੋਚ ਲਿਆ ਅਗਲੇ ਸ਼ਨੀਵਾਰ ਮੈਂ ਵੀ ਸੁਣਾਉਣਾ ਕੁਛ ਇੰਝ ਦਾ। ਬਸ ਉੱਥੋਂ ਹੀ ਵੀ ਕੋਈ ਗੱਲ ਸ਼ੁਰੂ ਹੋ ਗਈ ਭਾਅ ਜੀ। ਫਿਰ ਅਗਲੇ ਸ਼ਨੀਵਾਰ ਮੈਂ ਸੁਣਾਇਆ, ਫਿਰ ਬੜੇ ਬੱਚੇ ਬੜੇ ਹੱਸੇ, ਫਿਰ ਮੈਨੂੰ ਲੱਗਾ ਮੈਂ ਹੀ ਰਵਾਂ ਸਕੂਲ ਦਾ ਹੀ ਨਹੀਂ। ਨਹੀਂ ਤਾਂ ਤੁਸੀਂ ਪਤਾ ਕਰਨਾ, ਹੋ ਸਕਦਾ ਉਹਨੂੰ ਆਦਤ ਹੋਵੇ ਹੱਸਣ ਦੀ। ਨਹੀਂ ਭਾਅ ਜੀ, ਹੁਣ ਦੇਖੋ ਨਾ ਵੀ ਉਹ ਤਾਂ ਮੈਂ ਤਾਂ ਪਾਤੀ ਨਾ, ਫਿਰ ਮੁੜ ਕੇ ਮੇਰੇ 'ਤੇ ਹੱਸਦੇ ਸੀ ਉਹ। ਅੱਛਾ, ਹੋਰ ਮੈਂ ਕਿਸੇ 'ਤੇ ਹੱਸਣ ਨਹੀਂ ਦਿੱਤਾ। ਮੈਂ ਕਈ ਆ ਵੀ ਜਾਣ ਕੇ ਐਵੇਂ ਮਤਲਬ ਤੁਹਾਨੂੰ ਜਾਣ ਕੇ ਵੀ ਜਿਹੜਾ ਵੀ ਆਪਾਂ ਹੱਸਣਾ ਵਾ, ਇੰਝ ਦਾ ਦਿਨ ਬਣਾਇਆ ਉਹਨਾਂ ਨੇ। ਉਹ ਕਈ ਵਾਰੀ ਹੁੰਦਾ ਭਾਅ ਜੀ, ਤੁਸੀਂ ਐਵੇਂ ਮਹੱਲੇ 'ਚ ਮਤਲਬ ਚੌੜੇ ਪੈਸੇ ਮਿਲਦੇ ਉਹਨਾਂ ਸਮੇਂ, ਮੈਂ ਆਪਣੇ ਆਪ ਸਟਾਰ ਬਣਿਆ ਫਿਰ ਵੀ ਉਹ ਹੱਸ ਗਏ। ਉਹ ਜਿੱਦਾਂ ਸਾਡਾ ਕਹਿੰਦਾ ਯਾਰ ਕੁੜੀ, ਕਹਿੰਦਾ ਮੈਨੂੰ ਲੱਗਦਾ ਮੈਨੂੰ ਮੁਹੱਬਤ ਕਰਦੀ, ਕਹਿੰਦਾ ਕਿਉਂ? ਕਹਿੰਦਾ ਜਦੋਂ ਆਉਣਾ ਜਾਂਦਾ ਕਹਿੰਦਾ ਵੇਖ ਕੇ ਹੱਸਦੀ ਹੈ, ਕਹਿੰਦਾ ਭਰਾ ਵੈਸੇ ਵਿਚਾਰੀ ਸ਼ਦੈਣ ਹੈ, ਹੱਸਦੀ ਰਹੀ ਹੈ, ਹੈ ਨਾ? ਸਹੀ ਗੱਲ, ਨਵੇਂ ਕੱਪੜੇ ਪਾ ਪਾ ਫੇਰੀ। ਤੇ ਮੈਂ ਫਿਰ ਜਦੋਂ
ਹਿੱਸਾ ਲੈਣ ਲੱਗ ਪਿਆ ਹੈ ਨਾ ਇਹਨਾਂ ਡਰਾਮੇ ਡਰੂਮਿਆਂ ਸਕਿੱਟਾਂ ਸਕਿੱਟਾਂ 'ਚ, ਅਤੇ ਫਿਰ ਟੈਲੀਵਿਜ਼ਨ ਦਾ ਦੌਰ ਚੱਲ ਪਿਆ। ਫਿਰ ਸਾਡੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੈਨੂੰ ਮੁਤਾਸਰ ਕੀਤਾ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਮੇਰੇ ਉਸਤਾਦ ਨੇ ਬਲਵਿੰਦਰ ਵਿੱਕੀ, ਚਾਚਾ ਰੌਣਕੀ ਰਾਮ, ਮੈਂ ਕਿਹਾ ਸਲਾਬ ਸੀ, ਉਹ ਸਲਾਬ ਮੁਤਾਸਰ ਕਰਦਾ ਨਾ। ਅੱਛਾ, ਉਹ ਵੀ ਸਲਾਬ ਹੀ ਸੀ ਭਾਅ ਜੀ ਕਾਮੇਡੀ ਦਾ। ਅਤੇ ਉਹਨਾਂ ਨੇ ਕੀ ਨਾਮ ਸੀ ਜੀ? ਬਲਵਿੰਦਰ ਵਿੱਕੀ ਸਿਹਤ ਯਾਬ ਨੇ, ਬੜੇ ਮਾੜੇ ਚਲਪਾ ਕਰੇ ਉਹਨਾਂ ਨੂੰ ਹਯਾਤੀ ਦਾ ਜੀ। ਅਤੇ ਉਹ ਬੰਦੇ ਬਹੁਤ ਕਮਾਲ ਫਨਕਾਰ ਨੇ ਜੀ ਉਹ, ਅਤੇ ਉਹਨਾਂ ਨੂੰ ਮੈਂ ਦੇਖਣਾ, ਉਹਨਾਂ ਨੇ ਅਲੱਗ ਅਲੱਗ ਕਰੈਕਟਰ ਟੀ ਵੀ 'ਤੇ ਕਰਨੇ, ਅਤੇ ਮੈਂ ਫਿਰ ਉਹਨਾਂ ਦੀ ਮਿਮਿਕਰੀ ਸਕੂਲ ਕਰਨੀ। ਓਕੇ, ਮੈਨੂੰ ਬੜੇ ਚੰਗੇ ਲੱਗਦੇ ਹੁੰਦੇ ਸੀ। ਫਿਰ ਹੋਰ ਦੋ ਚਾਰ ਆਰਟਿਸਟ ਆਏ, ਪਰ ਮੈਂ ਫਿਰ ਜਦੋਂ ਜਿੱਦਾਂ ਜਿੱਦਾਂ ਵੱਡਾ ਹੁੰਦਾ ਗਿਆ ਨਾ, ਫਿਰ ਮੈਂ ਪਹਿਲੀ ਵਾਰੀ ਸ਼ੌਕੀ ਖਾਨ ਸਾਹਿਬ ਨੂੰ ਸੁਣਿਆ। ਸੋਰੀ, ਇਸ ਦੌਰਾਨ ਘਰ ਵਾਲਿਆਂ ਦਾ ਕੀ ਸੀ ਸਿਸਟਮ? ਹੱਥੋਂ ਨਿਕਲ ਗਿਆ ਕੰਮ ਇਹਦਾ, ਇਹਦੇ ਵੱਸ ਦੀ ਗੱਲ ਨੀ ਹੋਣੀ ਪੜ੍ਹਾਈ ਪੜੂਈ ਵਾਲਾ ਕੰਮ। ਤੇ ਉਹ ਫਿਰ ਕੀ ਹੋਇਆ ਜੀ ਕਿ ਮੈਂ ਫਿਰ ਸ਼ੌਕੀ ਖਾਨ ਸਾਹਿਬ ਤੇ ਮੂਨਾ ਖਾਨ ਉਹਨਾਂ ਦਾ ਆਡੀਓ ਆਉਂਦੀ ਹੁੰਦੀ ਸੀ ਉਹਨਾਂ ਦੇ ਝਗੜੇ ਦੀ, ਉਹ ਫਿਰ ਸਾਡੇ ਬੜੀ ਵੱਜੀ ਜੀ ਇੱਕ ਟਾਈਮ 'ਤੇ, ਸਾਡੇ ਇੱਧਰ ਵੀ ਬਹੁਤ ਸੁਣੀ ਗਈ ਉਹ। ਫਿਰ ਮੈਨੂੰ ਬੜਾ ਮਜ਼ਾ ਆਇਆ ਯਾਰ, ਕਾਮੇਡੀ 'ਚ ਡੈਪਥ ਕਿੰਨੀ ਹੁੰਦੀ ਹੈ ਨਾ। ਸ਼ੌਕੀ ਖਾਨ ਸਾਹਿਬ ਦੀ ਗੱਲ ਬੜੀ ਡੀਪ ਹੁੰਦੀ ਸੀ, ਤੁਰੀ ਜਾਣੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ। ਜਿੱਦਾਂ ਹੁਣ ਮੈਨੂੰ ਇੱਕ ਦਿਨ ਦੱਸਣ ਡਿਆ ਹਾਂ ਵੀ ਡੈਪਥ ਕੀ ਹੁੰਦੀ ਹੈ, ਕਹਿੰਦਾ ਤੁਹਾਨੂੰ ਸ਼ਹਿਰ ਵਾਲੀ ਨੂੰ ਹਰੇ ਕੀ ਹੁੰਦਾ, ਆਉਂਦਾ ਤੁਸੀਂ 100 ਨਖਰੇ ਅੱਗੋਂ ਕਰਦੇ ਹਾਂ, ਚੱਲ ਹਾਂ ਪਿੰਡਾਂ ਥਾਵਾਂ 'ਤੇ ਤੈਨੂੰ ਵਿਖਾਵਾਂ। ਕਹਿੰਦਾ ਅਗਲੇ ਦਬਕਾ ਮਾਰ ਕੇ ਬੁੱਢੀ ਜ਼ਮੀਨ ਦੀ 7ਵੀਂ ਤਹਿ 'ਚ ਗੱਡ ਦਿੰਦੇ ਨੇ। ਇੱਥੋਂ ਤੱਕ ਤਾਂ ਗੱਲ ਨੋਰਮਲ ਹੈ। ਮੈਂ ਕਿਹਾ ਜਿਹੜੀ ਡੈਪਥ ਉਹਨੇ ਇਸ ਗੱਲ 'ਚ, ਕਹਿੰਦਾ ਤੇਰੇ ਸਾਈਂ ਮਰ ਜਾਣ, ਮੁੜ ਕੇ 3 ਦਿਨ ਲੱਗਦੇ ਬੁੱਢੀ ਪੁੱਟਣ 'ਤੇ, ਹੈ ਨਾ। ਇਹ ਮਜ਼ਾ, ਇਹ ਅਗਲੀ ਗੱਲ, ਇਹ ਅਗਲੀ ਗੱਲ। ਫਿਰ ਮੈਨੂੰ ਹੌਲੀ ਹੌਲੀ ਸਮਝ ਆਇਆ ਵੀ ਕਾਮੇਡੀ 'ਚ ਡੀਪ ਕਿਵੇਂ ਜਾਈਦਾ, ਠੀਕ ਹੈ ਨਾ। ਅਤੇ ਫਿਰ ਇੱਧਰੋਂ ਭੱਟੀ ਸਾਹਿਬ, ਸਾਡੇ ਜਸਪਾਲ ਭੱਟੀ ਸਾਹਿਬ ਬਹੁਤ ਵੱਡੇ ਫਨਕਾਰ ਹੋਏ ਨੇ ਜੀ, ਬਹੁਤ। ਤੁਸੀਂ ਉਹਨਾਂ ਦਾ ਤਾਂ ਭਾਜੀ ਜਿਹੜਾ ਐਕਸੈਂਟ ਹੀ ਨਹੀਂ ਮਾਣ ਹੈ, ਐਡੇ ਸਕੂਨ ਨਾਲ, ਐਡੇ ਇੱਡੇ ਠੰਡੇ ਤਰੀਕੇ ਨਾਲ ਲੱਗਦਾ ਹੀ ਨਹੀਂ ਕਾਮੇਡੀ ਕਰ ਰਿਹਾ। ਅਤੇ ਉਹ ਫਿਰ ਭੱਟੀ ਸਾਹਿਬ ਤੋਂ ਬੜੇ ਮੁਤਾਸਰ ਸਾਂ, ਬਲਵਿੰਦਰ ਵਿੱਕੀ, ਫਿਰ ਅਸ਼ਵਨੀ ਭਾਰਦਵਾਜ ਜੀ, ਚਾਚਾ। ਬਹੁਤ ਵੱਡੀ ਵੀਡੀਓ ਲੰਬੀ ਹੋ ਜਾਣੀ ਹੈ, ਅਤੇ ਅੱਜ ਲਈ ਆਪਾਂ ਇਹ ਨਹੀਂ ਦੇਖਾਂਗੇ, ਫਿਰ ਅਗਲੇ ਪਾਰਟ ਬਣਾਵਾਂਗੇ। ਇਹਦੇ ਇਹ ਗੱਲ ਕਰ ਰਹੇ ਸੀ ਜਸਪਾਲ ਭੱਟੀ ਸਾਹਿਬ ਦੀ, ਉਹ ਮਤਲਬ ਉਹਨਾਂ ਦੀ ਕੋਮੇਡੀ ਇੰਨੀ ਜ਼ਬਰਦਸਤ ਹੁੰਦੀ ਸੀ ਨਾ, ਉਹ ਜਿਸ ਢੰਗ ਨਾਲ ਕੋਮੇਡੀ ਕਰਦੇ ਸੀ, ਲੱਗਦੇ ਨਹੀਂ ਕੋਮੇਡੀ ਕਰਦੇ। ਬਾਕੀ ਉਹ ਮੁੰਡੇ ਨੇ ਸਹੀ ਕਿਹਾ, ਇਹਨਾਂ ਦੇ ਆਰਾਮ ਨਾਲ ਬੈਠੇ ਗੱਲਾਂ ਕਰ ਰਹੇ, ਅਤੇ ਬਸ ਆਪਾਂ ਹੱਸੋ ਹੱਸ ਹੱਸ ਕੇ ਬੁਰਾਲ ਹੋ ਜਾਂਦਾ ਸੀ ਆਪਣਾ। ਅਤੇ ਕੋਮੇਡੀ ਦੀ ਡੈਪਥ ਦੀ ਇਹ ਗੱਲ ਅੱਜ ਮੈਨੂੰ ਬੜੀ ਵਧੀਆ ਲੱਗੀ ਇਹਨਾਂ ਦੀ, ਜਿਹੜੀ ਜਿਵੇਂ ਕਹਿ ਰਹੇ ਕਿ ਬੁੱਢੀ ਨੂੰ ਉੱਥੇ ਪੜ ਦਿੰਦੇ 7 ਤਿਆਂ ਤੱਕ, ਅਤੇ ਕਹਿੰਦੇ ਉਹ ਬਾਅਦ 'ਚੋਂ ਮਤਲਬ ਕਿ ਤੇਰੇ ਮਰ ਜਾਣ, ਤੇਰੇ ਸਾਈਂ, ਉਹ ਪੱਟਣੀ ਵੀ ਕਿਵੇਂ ਆ, ਹੈ ਨਾ। ਉਹ ਅੱਗੇ ਡੈਪਥ ਆ ਗਈ, ਸ਼ਾਇਦ ਹੋ ਸਕਦਾ ਕਿ ਉਹਨੂੰ ਇਹ ਗੱਲ ਸਮਝ ਨਾ ਲੱਗੀ ਹੋਵੇ, ਪਰ ਦੁਬਾਰਾ ਧਿਆਨ ਨਾਲ ਸੁਣਿਓ ਸਮਝ ਲੱਗ ਜਾਣੀ ਹੈ। ਘੈਂਟ ਵੀ ਜਦੋਂ ਮੈਂ ਭੁੱਲ ਗਿਆ ਸੀ ਕਿ ਮੈਂ ਕੈਮਰਾ ਆਉਣਾ, ਕਿ ਮੈਂ ਵੀਡੀਓ ਬਣਾਈ ਜਾਂਦਾ, ਮੈਂ ਲਗਾਤਾਰ ਇਹਨਾਂ ਨੂੰ ਹੀ ਦੇਖ ਰਿਹਾ, ਕਿਉਂਕਿ ਦੋ ਜਣੇ ਬੈਠੇ, ਮੈਨੂੰ ਬੜਾ ਇੰਟਰਸਟ ਹੈ ਯਾਰ ਇਹਨਾਂ 'ਚ, ਮਤਲਬ ਬੜੀ ਐਕਸਾਈਟਮੈਂਟ ਹੈ ਇਹਨਾਂ ਦੀ ਪੂਰੀ ਵੀਡੀਓ ਦੇਖਣ ਦੀ। ਅਤੇ ਪਰ ਮੈਂ ਹਜੇ ਦੇਖ ਨਹੀਂ ਸਕਦਾ, ਮੈਨੂੰ ਤੁਹਾਡੇ ਨਾਲ ਹੀ ਵੇਖਣੀ ਪੈਣੀ ਹੈ ਅਗਲੇ ਪਾਰਟ ਵੀ, ਪਰ ਮਜ਼ਾ ਆਏਗਾ। ਪੂਰੀ ਵੀਡੀਓ ਮੈਨੂੰ ਦੱਸਿਓ ਕਮੈਂਟ ਕਰਕੇ, ਦੇਖਣਾ ਚਾਹੁੰਦੇ ਹੋ ਕਿ ਨਹੀਂ ਕਮੈਂਟ ਕਰਕੇ ਦੱਸਿਓ, ਕਿਉਂਕਿ ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ, ਮੈਨੂੰ ਦੱਸ ਦਿਓ, ਨਹੀਂ ਤਾਂ ਮੈਂ ਇਕੱਲਾ ਦੇਖ ਲੂੰਗਾ, ਹੈ ਨਾ। ਫਿਰ ਐਵੇਂ ਮੈਂ ਤੁਹਾਡੀ ਵੇਟ ਕਰਦਾ ਰਹਾਂ, ਤੁਸੀਂ ਮੇਰੀ ਵੇਟ ਕਰਦੇ ਰਹੋ, ਅਤੇ ਉਸੇ ਚੱਕਰ 'ਚ ਆਪਾਂ ਵੀਡੀਓ ਨਾ ਦੇਖ ਪਾਈਏ। ਪਰ ਮਜ਼ਾ ਆਇਆ ਵੀਡੀਓ ਦੇਖ ਕੇ, ਅਗਲੀ ਵੀਡੀਓ ਬਣਾਈਏ ਕਿ ਨਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਅਗਲੀ ਵੀਡੀਓ 'ਚ ਬਾਕੀ ਗੱਲਾਂ ਕਰਾਂਗੇ ਸਾਰੀਆਂ। ਸੋ ਮਿਲਦੇ ਕਿਸੇ ਹੋਰ ਵੀਡੀਓ 'ਚ, ਸਤਿ ਸ਼੍ਰੀ ਅਕਾਲ।